ਬਾਕੀ ਹੈ ਤਾਂ ਜਨਰਲ ਦੇ ਵੀ ਟਾਇਰ ਹੈਗੇ ਆ ਸਾਡੇ ਕੋਲ, ਪੈਂਥਰ ਦੇ ਵੀ ਹੈਗੇ ਆ, ਸਾਰੇ ਸਾਰੇ ਕੁਆਲਿਟੀਆਂ ਟਾਇਰ ਹੈ ਵਾ, ਲੇਕਿਨ ਕਸਟਮਰ ਜਦੋਂ ਚੀਜ਼ ਚਲਾਉਂਦਾ ਵਾ ਉਹਨੂੰ ਰਿਜ਼ਲਟ ਮਿਲਦਾ ਫਿਰ ਉਹਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ। ਅਗਰ ਸਰ ਕਿਸੇ ਨੇ ਮੁਸ਼ਕਲ ਚਲਾਉਣਾ ਹੋਵੇ ਤਾਂ ਫਿਰ 15-35-38 ਟਾਇਰ ਪੈਂਦਾ ਜੀ, 12 ਮਹੀਨੇ ਮੋਟੇ ਟਾਇਰ ਮਿਲਾ ਕੇ। ਅਗਰ ਕਿਸੇ ਨੇ ਮਿਸਾਲ ਦੇ ਤੌਰ 'ਤੇ ਕੋਈ 2-4 ਮਹੀਨੇ ਵਾਸਤੇ ਆਪਣੇ ਇਸਤੇਮਾਲ ਕਰਕੇ ਲਾਉਣੇ, ਫਿਰ 13-6-38 ਪੈਂਦਾ ਜੀ। ਆਲੂ ਦੀ ਬਿਜਾਈ ਹੁੰਦੀ ਹੈ, ਉਹ ਸਾਨੂੰ ਨਵੇਂ ਰੇਮੇ ਟਾਇਰ ਉਤਾਰ ਕੇ ਇਹ ਸਰ 15-38 ਪਾ ਲੈਂਦੇ ਜੀ। ਹਾਂਜੀ, ਤੇ ਬਾਕੀ ਇਹ ਰੂਸੀ ਨੂੰ ਵੀ ਇਹੀ ਟਾਇਰ ਲੱਗਦਾ? ਹਾਂਜੀ, ਰੂਸੀ ਨੂੰ ਵੀ ਇਹੀ ਪੈਂਦਾ। ਰੂਸੀ ਵਾਲੇ ਵੀ ਸਾਡੇ ਕੋਲ ਇਹੀ ਲੈਂਦੇ ਜੀ, ਅੱਜਕੱਲ੍ਹ ਜ਼ਿਆਦਾ ਰੂਸੀ ਟਰੈਕਟਰ ਜਿਹੜਾ ਆ ਰਿਹਾ ਨਾ ਨਵਾਂ ਬਿਲਾਰਸ, ਉਹਨੂੰ ਵੀ 15-35-38 ਇਹ ਟਾਇਰ ਜ਼ਿਆਦਾ ਇਸਤੇਮਾਲ ਹੋ ਰਿਹਾ ਜੀ। ਟਰਾਲੇ ਟਾਇਰ ਜਿਹੜੇ ਸਰ ਹੈਗੇ ਜੀ, ਉਹਦੇ ਵਿੱਚ ਪਾਕਿਸਤਾਨ ਦੇ ਵਿੱਚ ਹਾਲੇ ਤੱਕ ਕੋਈ ਬ੍ਰਾਂਡ ਅੱਛਾ ਨਹੀਂ ਬਣਿਆ। ਸਹੀ, ਉਹ ਪੈਂਥਰ ਆਇਆ ਵਾ ਲੇਕਿਨ ਉਹ ਇੰਨਾ ਵਜ਼ਨ 'ਚ ਬਰਦਾਸ਼ਤ ਨਹੀਂ ਕਰਦਾ। ਸਹੀ, ਲੋਕ ਜ਼ਿਆਦਾ ਪਸੰਦ ਕਰਦੇ ਆ ਇੰਪੋਰਟ ਦੇ ਟਾਇਰ ਨੂੰ। ਉਹਦੇ ਵਿੱਚ ਇੰਡੀਆ ਕੁਛ ਆ ਰਿਹਾ ਵਾ, ਪਾਕਿਸਤਾਨ 'ਚ ਕੁਛ ਚਾਈਨਾ ਆ ਰਿਹਾ ਵਾ, ਇਹ ਟਾਇਰ ਚੱਲਦੇ ਪਏ ਜੇ ਤੇ ਉਹਨਾਂ ਦੀ ਕੁਆਲਿਟੀ ਬਿਹਤਰ ਆ। ਵੈਸੇ ਜਨਰਲ ਦਾ ਵੀ ਟਾਇਰ ਆਇਆ ਵਾ ਲੇਕਿਨ ਉਹ ਲੋਡ ਇਹਨਾਂ ਨੂੰ ਚੁੱਕਦਾ। ਸੁਣਿਆ ਵਾ ਕਿ ਸ਼ਾਇਦ ਸਰਵਿਸ ਵਾਲਾ ਵੀ ਸ਼ਾਇਦ ਬਣਾ ਰਹੇ ਆ, ਇਨਸ਼ਾਅੱਲਾ ਬਣਾਉਣਗੇ ਤੇ ਉਹ ਜੋ ਟਰੈਕਟਰ ਦਾ ਉਹਨਾਂ ਦਾ ਕਾਮਯਾਬ ਹੋਇਆ ਐਗਰੀ ਦੇ ਵਿੱਚ ਤੇ ਉਹ ਇਨਸ਼ਾਅੱਲਾ ਟਰਾਲੇ ਦਾ ਵੀ ਕਾਮਯਾਬ ਹੋਏਗਾ। ਹਾਂਜੀ, ਟਾਇਰ ਬੰਦੇ ਵੇਖੇ ਸਰ, ਔਰ ਆਪਣਾ ਇਹਨਾਂ ਦੇ ਜਿੱਥੇ ਉਹ ਲੈਬਾਰਟਰੀ ਹੈ ਰਬੜ ਮਿਕਸਿੰਗ ਹੁੰਦੀ ਆ ਉਹ ਵੀ ਅਸੀਂ ਵੇਖੀ ਹੈ। ਉਹ ਪਾਕਿਸਤਾਨ ਦੀ ਸਭ ਤੋਂ ਵੱਡੀ ਉਹ ਲੈਬਾਰਟਰੀ ਹੈ ਜਿਹਦੇ ਰਬੜ ਮਿਕਸਿੰਗ ਕਰਦੇ ਆ। ਹਾਂ, ਕਿਉਂਕਿ ਉਹਨਾਂ ਦੇ ਵਿੱਚ ਉੱਥੇ ਰਿਜ਼ਲਟ ਨਿਕਲਦਾ ਜੋ ਟਾਇਰ ਦੀ ਕੁਆਲਿਟੀ, ਟਾਇਰ ਤਿੜਕ ਨਹੀਂ ਮਾਰਦਾ, ਜ਼ਾਰੀ ਜ਼ਾਰਾ ਰਬੜ ਦੀ ਮਿਕਸਿੰਗ ਅੱਛੀ ਹੋਈ ਆ। ਆਹ ਕਸਟਮਰ ਦੇਖ ਲੈਣਾ ਟਾਇਰ, ਇਹ ਪੈਂਥਰ ਪਿਆ, ਸਰਵਿਸ ਪਿਆ, ਜਨਰਲ ਪਿਆ, ਉਹਦੇ ਵਿੱਚ ਜ਼ਿਆਦਾ ਸਰਵਿਸ ਨੂੰ ਪਸੰਦ ਕੀਤਾ ਜਾਂਦਾ ਜੀ, ਕਿਉਂਕਿ ਉਹਦੇ ਹਾਈਟ ਉੱਚੀ ਆ, ਲੱਗ ਅੱਛੇ ਜੇ, ਔਰ ਇਹ 'ਚ ਕਲੇਮ ਬਹੁਤ ਘੱਟ ਆ ਰਿਹਾ ਜੀ। ਜਨਰਲ ਟਾਇਰ ਜਰਮਨ ਟੈਕਨੋਲੋਜੀ ਨਾਲ ਉਹਦਾ ਮੋਹਦਾ ਸੀ, ਉਹ ਖਤਮ ਹੋ ਗਿਆ ਤਕਰੀਬਨ 3-4 ਸਾਲ ਤੋਂ। ਇਹ ਹੁਣ ਆਪਣਾ GTR ਲਿਖ ਰਿਹਾ ਜੀ, ਜਨਰਲ ਹੀ ਲਿਖ ਰਿਹਾ। ਤੇ ਲੋਕ ਕਹਿ ਰਹੇ ਨੇ ਕਿ ਜਦੋਂ ਦਾ ਕੰਪਨੀ ਦਾ ਨਾਮ ਤਬਦੀਲ ਹੋਇਆ ਉਦੋਂ ਦਾ ਟਾਇਰਾਂ ਦੇ ਮਿਆਰ 'ਚ ਵੀ ਫਰਕ ਆਇਆ? ਨਹੀਂ ਸਰ, ਟਾਇਰਾਂ ਦੇ ਮਿਆਰ 'ਚ ਨਹੀਂ ਫਰਕ ਆਇਆ, ਲੇਕਿਨ ਇਹ ਕਿ ਲੋਕਾਂ ਨੂੰ ਸ਼ੱਕ ਸ਼ਬਾਹ ਤੇ ਉਹ ਜਨਰਲ ਨਹੀਂ ਕਹਿੰਦੇ, ਕੋਈ ਕਹਿੰਦੇ ਜਨਰਲ ਨਹੀਂ ਹੈਗਾ, ਇਹ ਪਰੇਸ਼ਾਨੀ ਆ ਰਹੀ। ਸਰਵਿਸ ਤਕਰੀਬਨ 2,25,000 ਰੁਪਏ ਰੇਟ ਹੈ ਜੀ, ਔਰ ਆਪਣਾ ਪੈਂਥਰ ਤਕਰੀਬਨ ਕੋਈ 1,94,000 ਰੁਪਏ, ਜਨਰਲ ਤਕਰੀਬਨ 2,00,000 ਰੁਪਏ ਰੌਣ ਬੋਟ ਹੈ ਜੀ। ਸਹੀ ਹੋ ਗਿਆ। ਅਸਲਾਮ ਅਲੈਕਮ ਜੀ ਦੋਸਤੋ, ਵੈਲਕਮ ਕਰਦੇ ਹਾਂ ਸਾਰੇ ਦੋਸਤਾਂ ਨੂੰ ਪੰਜਾਬ ਟਰੈਕਟਰ ਚੈਨਲ 'ਤੇ। ਔਰ ਅੱਜ ਅਸੀਂ ਜੀ ਆਏ ਸੀ ਉਖਾੜਾ ਦੇ ਵਿੱਚ, ਅਤੇ ਇੱਥੇ ਜੀ ਟਰੈਕਟਰਾਂ ਦੇ ਟਾਇਰਾਂ ਦੀ ਬਹੁਤ ਵੱਡੀ ਮਾਰਕੀਟ ਹੈ, ਅਤੇ ਅਸੀਂ ਇਸ ਵੇਲੇ ਮੌਜੂਦ ਹੈਗੇ ਜੀ ਖਾਲਿਦ ਜਵੇਦ ਟਾਇਰ ਉਖਾੜਾ ਸ਼ੋਪ 'ਤੇ, ਅਤੇ ਤੁਹਾਨੂੰ ਅੱਜ ਟਾਇਰਾਂ ਦੇ ਹਵਾਲੇ ਨਾਲ ਇਨਫੋਰਮੇਸ਼ਨ ਦੇਵਾਂਗੇ ਕਿ ਇੱਥੇ ਕਿਹੜਾ ਟਾਇਰ ਜ਼ਿਆਦਾ ਚੱਲ ਰਿਹਾ, ਔਰ ਉਖਾੜਾ ਦੇ ਵਿੱਚ ਜਿਹੜੇ ਜ਼ਿਮੀਂਦਾਰ ਹੈਗੇ ਇਹ ਕਿਹੜੇ ਟਾਇਰ ਨੂੰ ਪਸੰਦ ਕਰਦੇ ਜ਼ਿਆਦਾਤਰ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਹਾਂਜੀ ਸਰ, ਕੀ ਹਾਲ ਹੈ? ਠੀਕ ਹੋ? ਅੱਲਾ ਸ਼ੁਕਰ ਸਰ, ਠੀਕ ਠਾਕ। ਸਭ ਤੋਂ ਪਹਿਲਾਂ ਜੀ ਆਪਣਾ ਤਾਰਫ ਕਰਾ ਦਿਓ ਜੀ। ਗੋਪਾਲਪੁਰ ਚੌਂਕ ਖਾਲਿਦ ਜਵੇਦ ਟਾਇਰ ਉਖਾੜਾ। ਹਾਂਜੀ। ਅੱਛਾ ਮੁਮਨ ਜਵੇਦ ਸਾਹਿਬ, ਆਪਣੇ ਕੋਲ ਇੱਥੇ ਕਿਹੜੇ ਕਿਹੜੇ ਕੰਪਨੀ ਦੇ ਟਾਇਰ ਮੌਜੂਦ ਨੇ? ਆਪਣੇ ਕੋਲ ਸਰ ਆਪਣਾ ਕਾਫੀ ਕੰਪਨੀ ਦਾ ਟਾਇਰ ਹੈਗੇ ਆ, ਜਿਹਦੇ ਵਿੱਚ ਕੋਈ ਆਪਣਾ ਸਰਵਿਸ ਪੈਂਥਰ ਜਰਨਲ ਸਹੀ, ਹੋਰ ਅੰਪੋਰਟ ਦੇ ਸਟਾਰ ਮੈਕਸ, ਤਾਈ ਸ਼ਾਨ, ਐਡਵਾਂਸ ਅੰਪੋਰਟ ਦੇ ਵੀ ਹੈ ਸਰ। ਸਹੀ ਜੀ, ਸਹੀ ਹੋ ਗਿਆ। ਤੇ ਬਾਕੀ ਜੀ ਇੱਥੇ ਆਲ ਓਵਰ ਕੀ ਸੂਰਤ ਹਾਲ ਹੈ ਮਾਰਕੀਟ ਦੇ ਵਿੱਚ, ਕਿ ਕਸਟਮਰ ਜਿਹੜਾ ਜ਼ਿਆਦਾ ਕਿਹੜੇ ਟਾਇਰ ਨੂੰ ਪਸੰਦ ਕਰਦਾ? ਆਲ ਓਵਰ ਸਰ ਇਹ ਤਕਰੀਬਨ ਕੋਈ 2-4-5 ਸਾਲ ਤੋਂ ਨਾ ਇਹ ਜ਼ਿਮੀਂਦਾਰ ਕਿਸਾਨ ਦੋਸਤ ਜ਼ਿਆਦਾ ਨਾ ਐਗਰੀ ਦੇ ਵਿੱਚ ਨਾ ਟਾਇਰ ਤਾਂ ਸਾਰੇ ਵੇਖਦੇ, ਲੇਕਿਨ ਸਰਵਿਸ ਟਾਇਰ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ। ਹਾਂਜੀ, ਇਹਦੇ ਸਰ ਆਪਣਾ ਇਹਦੀ ਹਾਈਟ ਉੱਚੀ ਆ, ਇਹਦੇ ਲੱਗ ਵੱਡੇ ਆ ਸਹੀ, ਔਰ ਇਹਦੀਆਂ ਤਕਰੀਬਨ ਇੱਕ ਬ੍ਰਾਂਡ ਇੱਕ ਨੰਬਰ ਦੇ 3-3 ਕੁਆਲਿਟੀਆਂ ਜੀ, ਮਤਲਬ ਸਰਵਿਸ ਕਿੰਗ, ਸਰਵਿਸ ਹੀਰੋ, ਸਰਵਿਸ ਚੈਂਪੀਅਨ। ਉਸ ਤੋਂ ਬਾਅਦ 14-28 ਦੇ ਵਿੱਚ ਆ ਜਾਂਦਾ ਰੂਸ ਦਾ ਸਰਵਿਸ ਚੈਂਪੀਅਨ, ਫਿਰ 18-4-30 ਦੇ ਵਿੱਚ ਆ ਜਾਂਦਾ ਸਰ ਆਪਣਾ ਸਰਵਿਸ ਕਿੰਗ, ਸਰਵਿਸ ਚੈਂਪੀਅਨ। ਉਸ ਤੋਂ ਬਾਅਦ 15-38 'ਚ ਆ ਜਾਂਦਾ ਹਰਕਿਊਲਿਸ ਪਲੱਸ, ਹਰਕਿਊਲਿਸ HD, ਇਸ ਤਰ੍ਹਾਂ ਕਾਫੀ ਇਹਨਾਂ ਦੀ ਕੁਆਲਿਟੀ, ਕਾਫੀ ਇਹਨਾਂ ਦੇ ਬ੍ਰਾਂਡ ਹੈ ਜੀ। ਸਹੀ, ਔਰ ਤਕਰੀਬਨ ਕੋਈ ਨਾ ਜਦੋਂ ਦਾ ਸਾਰੇ ਸਰਵਿਸ ਟਾਇਰ ਆਇਆ ਨਾ ਐਗਰੀ ਦੇ ਵਿੱਚ, ਤਕਰੀਬਨ ਕੋਈ
ਕਿਸਾਨ ਜ਼ਿਮੀਦਾਰ ਦੋਸਤ ਜ਼ਿਆਦਾ ਨਾ ਸਰਵਿਸ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਹਾਂ, ਕਿਉਂਕਿ ਇਹਦਾ ਕੱਦ ਦੀ ਕਸਾਈ ਕੰਮ ਆ, ਕੁਆਲਿਟੀ ਅੱਛੀ ਹੈ ਇਹਨਾਂ ਦੀ। ਹਾਂ, ਬਾਕੀ ਵੇਖਦੇ ਦੂਸਰੇ ਵੀ ਹੈ ਵਾ, ਲੇਕਿਨ ਇਹਦੇ ਵਿੱਚ ਇਹ ਜ਼ਿਆਦਾ ਗਾਹ ਕਸਟਮਰ ਦੇਖ ਲੈ ਨਾ ਟਾਇਰ, ਇਹ ਪੈਂਥਰ ਪਿਆ, ਸਰਵਿਸ ਪਿਆ, ਜਨਰਲ ਪਿਆ, ਉਹਦੇ ਵਿੱਚ ਜ਼ਿਆਦਾ ਸਰਵਿਸ ਨੂੰ ਪਸੰਦ ਕੀਤਾ ਜਾਂਦਾ ਜੀ, ਕਿਉਂਕਿ ਉਹਦੇ ਹਾਈਟ ਉੱਚੀ ਆ, ਲੱਗ ਅੱਛੇ ਜੇ, ਔਰ ਇਹ 'ਚ ਕਲੇਮ ਬਹੁਤ ਘੱਟ ਆ ਰਿਹਾ ਜੀ। ਸਹੀ, ਬਾਕੀ ਆਪਣਾ ਗੱਲ ਕਰੀਏ 240 ਟਰੈਕਟਰ ਦੇ ਆਪਣੇ ਕੋਲ ਕਿਹੜਾ ਕਿਹੜਾ ਟਾਇਰ ਪਿਆ, ਕਿਹੜੀ ਕਿਹੜੀ ਕੰਪਨੀ ਦਾ? 240 ਆਪਣੇ ਕੋਲ ਸਰ ਆਪਣਾ ਸਰਵਿਸ ਪਿਆ ਵਾ, ਪੈਂਥਰ ਪਿਆ ਵਾ, ਜਨਰਲ ਪਿਆ ਵਾ, ਸਹੀ, ਤੁਰਕੀ ਦਾ ਲਾਸਾ ਪਿਆ ਵਾ, ਸਹੀ, ਤੇ ਹੋਰ ਦੋ ਤਿੰਨ ਕੁਆਲਟੀਆਂ ਪਈਆਂ ਆਪਣੇ ਕੋਲ। ਸਹੀ, 6 ਪਲਾਈ 1 ਲੱਖ ਰੁਪਏ ਦੇ ਰਾਉਂਡ ਬਾਉਂਡ ਆ, ਸਹੀ, 8 ਪਲਾਈ ਤਕਰੀਬਨ 1,04,000-5,000 ਰੁਪਏ ਤਕਰੀਬਨ ਬ੍ਰਾਂਡ ਹੈਗੇ ਜੇ ਮੁਖਤਲਫ ਇਹਦੇ, ਤੇ 12-4-28 ਜਿਹੜਾ 12 ਪਲਾਈ ਆ ਉਹ ਤਕਰੀਬਨ ਡਿਜ਼ਾਇਨ ਦੇ ਹਿਸਾਬ ਨਾਲ 13-14-15 ਤੱਕ ਰੇਟ ਹੈ ਜੀ 12 ਪਲਾਈ ਦਾ। ਹਾਂਜੀ, ਪੈਂਥਰ ਦੀ ਸਰ ਪ੍ਰਾਈਜ਼ ਤਕਰੀਬਨ ਕੋਈ ਜਿਹੜੀ ਹੈਗੀ ਆ 8 ਪਲਾਈ ਦੀ ਤਕਰੀਬਨ ਹੈ ਕੋਈ 95,000 ਰੁਪਏ, ਤੇ 12 ਪਲਾਈ ਦੀ ਤਕਰੀਬਨ 1,04,000 ਰੁਪਏ ਵਾ। ਹਾਂ, ਤੇ ਜਰਨਲ ਦੀ ਜੀ? ਜਰਨਲ ਦੀ ਸਰ 6 ਪਲਾਈ ਦੀ ਤਕਰੀਬਨ 1,00,000 ਰੁਪਏ ਵਾ, 8 ਪਲਾਈ ਦੀ ਤਕਰੀਬਨ 1,04,000 ਰੁਪਏ ਵਾ, ਔਰ 12 ਪਲਾਈ ਤਕਰੀਬਨ 1,15,000 ਰੁਪਏ। ਠੀਕ ਹੋ ਗਿਆ। ਬਾਕੀ ਜੀ ਅੱਗੇ ਆਪਣਾ 260 ਦੀ ਗੱਲ ਕਰਦੀ ਹੈ ਜਾਂ ਗਾਜ਼ੀ ਨੂੰ 14 ਨੰਬਰ ਦਾ 14-28 ਹੁੰਦਾ ਗਾਜ਼ੀ, ਉਹਦੇ ਸਰਵਿਸ ਟਾਇਰ ਦੀ ਕਿੰਨੀ ਪ੍ਰਾਈਸ ਹੈ ਜੀ? ਉਹਦੇ ਵਿੱਚ ਸਰ ਸਰਵਿਸ ਟਾਇਰ ਦੀ ਤਕਰੀਬਨ ਹੈ ਤਕਰੀਬਨ 1,54,000 ਰੁਪਏ 8 ਪਲਾਈ ਆ ਗੁਸਤਮ, ਔਰ 12 ਪਲਾਈ ਤੱਕ ਚੈਂਪੀਅਨ ਹੈ ਤਕਰੀਬਨ 1,63,000-64,000 ਰੁਪਏ ਰਾਊਂਡ ਬੋਲ ਰੇਟ ਹੈ ਜੀ, 65-64-65, ਇਹ ਅਪ ਡਾਊਨ ਥੋੜ੍ਹਾ ਹੁੰਦਾ ਰਹਿੰਦਾ ਰੇਟ ਸਾਰਾ। ਸਹੀ ਹੋ ਗਿਆ ਜੀ ਸਰ। ਅਤੇ ਬਾਕੀ ਦੂਸਰੀ ਕੰਪਨੀਆਂ ਦੀ? ਦੂਸਰੀ ਕੰਪਨੀਆਂ ਸਰ ਜਿਹੜੀਆਂ ਹੈਗੀਆਂ ਉਹਦੇ ਵਿੱਚ ਪੈਂਥਰ ਦਾ ਰੇਟ ਤਕਰੀਬਨ ਹੈਗਾ ਜੇ ਕੋਈ 8 ਪਲਾਈ ਦਾ 1,35,000 ਰੁਪਇਆ, ਔਰ 12 ਪਲਾਈ ਦਾ ਤਕਰੀਬਨ ਹੈਗਾ ਜੇ ਕੋਈ 1,50,000 ਰੁਪਇਆ। ਸਹੀ ਹੋ ਗਿਆ। ਹਾਂ, ਅਤੇ ਜਰਨਲ? ਜਰਨਲ ਤਕਰੀਬਨ ਹੈ ਸਰ 14-28, 12-8 ਪਲਾਈ ਹੈ 1,50,000 ਰੁਪਏ ਦਾ, ਔਰ 12 ਪਲਾਈ 1,74,000 ਰੁਪਏ ਦਾ। ਸਹੀ। ਹਾਂ, ਤੇ ਅੱਗੇ ਆਪਾਂ ਗੱਲ ਕਰੀਏ ਆਪਣਾ 375 ਨੂੰ 16 ਨੰਬਰ ਦਾ ਟਾਇਰ, 16-3 ਹਾਂ ਜੀ, ਜਾਂ 640 ਦਾ ਟਾਇਰ ਜੀ ਜੀ, ਤੇ ਉਹਦੇ ਵਿੱਚ ਆਪਣੇ ਕੋਲ ਕਿਹੜੀ ਕਿਹੜੀ ਕੰਪਨੀ ਦਾ ਟਾਇਰ ਹੈ ਔਰ ਕੀ ਕੀ ਪ੍ਰਾਈਸ ਹੈ ਉਹਨਾਂ ਦੀ? ਉਹਦੇ ਵਿੱਚ ਸਰ ਆਪਣੇ ਕੋਲੋਂ 16-30 ਦੇ ਵਿੱਚ ਪੈਂਥਰ ਵੀ ਹੈ ਜੇ, ਆਪਣੇ ਕੋਲ ਸਰਵਿਸ ਜਨਰਲ ਸਾਰੇ ਤਕਰੀਬਨ ਅਵੇਲੇਬਲ ਹੈ ਜੇ। ਸਹੀ। ਹਾਂ, ਤੇ ਸਰਵਿਸ ਦੀ ਕਿੰਨੀ ਪ੍ਰਾਈਸ? ਸਰਵਿਸ ਤਕਰੀਬਨ ਹੈ 2,25,000 ਰੁਪਏ ਰੇਟ ਹੈ ਜੇ, ਔਰ ਆਪਣਾ ਪੈਂਥਰ ਤਕਰੀਬਨ ਕੋਈ 1,94,000 ਰੁਪਏ, ਜਨਰਲ ਤਕਰੀਬਨ 2,00,000 ਰੁਪਏ ਰਾਉਂਡ ਬਾਊਟ ਹੈ ਜੀ। ਸਹੀ ਹੋ ਗਿਆ। ਬਾਕੀ ਜੀ ਆਪਾਂ 18 ਨੰਬਰ ਟਾਇਰ ਦੀ ਗੱਲ ਕਰੀਏ, 385 ਲੱਗ ਕੇ ਆਉਂਦਾ ਜਿਹੜਾ, ਹਾਂਜੀ, ਜਾਂ ਦਬੰਗ ਨੂੰ ਲੱਗਾ ਹੁੰਦਾ, ਉਹਦੇ ਵਿੱਚ ਕਿਹੜੇ ਕਿਹੜੇ ਆਪਣਾ? ਉਹਦੇ ਵਿੱਚ ਸਾਰਾ ਆਪਣਾ ਸਰਵਿਸ ਜਨਰਲ ਪੈਂਥਰ, ਉਸ ਤੋਂ ਇਲਾਵਾ ਸਾਡੇ ਕੋਲ ਪੋਰਟ ਦੇ ਹੁੰਦੇ ਜੀ, ਸਟਾਰ ਮੈਕਸ, ਐਡਵਾਂਸ, ਚਾਈਨਾ ਦਾ, ਔਰ ਤੁਰਕੀ ਦਾ ਪੈਟਰਸ ਵਗੈਰਾ, ਕਾਫੀ ਬ੍ਰਾਂਡ ਹੈਗਾ ਸਾਡੇ ਕੋਲ। ਸਹੀ। ਹਾਂ, ਤੇ ਜਿਹੜਾ ਸਰਵਿਸ ਚੈਂਪੀਅਨ ਹੈ 18 ਨੰਬਰ, ਉਹਦੀ ਕਿੰਨੀ ਪ੍ਰਾਈਸ? ਉਹ ਤਕਰੀਬਨ ਹੈ ਸਰ 2,00,000 ਤਕਰੀਬਨ 60-65,000 ਤੱਕ ਹੈ ਜੀ। ਸਹੀ। ਹਾਂਜੀ, 14 ਸਰਵਿਸ ਗੋਲਡ ਦੀ ਕਿੰਨੀ ਸਰ? ਗੋਲਡ ਤਕਰੀਬਨ ਹੈ 2,55,000-60,000 ਤੱਕ ਰਾਉਂਡ ਬੋਰਡ ਚੱਲਦਾ ਰਹਿੰਦਾ ਸਰ। ਸਹੀ। ਬਾਕੀ ਆਪਣਾ ਜਿਹੜਾ ਪੈਂਥਰ ਪਾਵਰ? ਬਾਕੀ ਪੈਂਥਰ ਜਿਹੜਾ ਹੈਗਾ ਸਰ ਆਪਣਾ ਉਹ ਪਾਵਰ ਤਕਰੀਬਨ 1,55,000 ਰੁਪਏ ਦਾ ਵਾ। ਹਾਂਜੀ, ਸੌਰੀ 2,55,000 ਦਾ। 2,55,000। ਹਾਂ, ਜਿਹੜਾ ਹੈ ਜੀ ਆਪਣਾ ਪੈਂਥਰ 16 ਪਲਾਈ ਦਾ, ਉਹ ਤਕਰੀਬਨ ਹੈ 2,22,000 ਰੁਪਏ ਦਾ। ਸਹੀ। ਔਰ ਜਿਹੜਾ ਜਨਰਲ ਹੈਗਾ ਤਕਰੀਬਨ 2,37,000 ਰੁਪਏ ਦਾ 8 ਪਲਾਈ 'ਚ ਹੁੰਦਾ ਜੀ। ਸਹੀ। ਹਾਂ, ਬਾਕੀ ਸਰ ਜੀ ਆਪਣਾ ਜਨਰਲ ਵਾਲਿਆਂ ਨੇ ਆਪਣਾ ਨਾਮ ਚੇਂਜ ਕਰ ਦਿੱਤਾ। ਹਾਂਜੀ, ਜਨਰਲ ਵਾਲੇ ਨੇ ਆਪਣਾ ਨਾਮ ਚੇਂਜ ਕਰਤਾ, ਉਹਨਾਂ ਦਾ ਕੋਈ ਐਗਰੀਮੈਂਟ ਹੈਗਾ ਸੀ। ਸਹੀ। ਹੁਣ GTR ਲਿਖਿਆ ਹੁੰਦਾ। GTR ਲਿਖਿਆ ਹੁੰਦਾ। ਕੀ ਵਜ੍ਹਾ ਹੈ? ਉਹਦੀ ਵਜ੍ਹਾ ਹੈ ਸਰ ਉਹਨਾਂ ਦਾ ਨਾ ਆਪਣਾ ਇਹ ਜਨਰਲ ਟਾਇਰ ਜਰਮਨ ਟੈਕਨੋਲੋਜੀ ਨਾਲ ਉਹਨਾਂ ਦਾ ਮੋਹਦਾ ਸੀ, ਉਹ ਖਤਮ ਹੋ ਗਿਆ ਤਕਰੀਬਨ 3-4 ਸਾਲ ਤੋਂ, ਇਹ ਹੁਣ ਆਪਣਾ GTR ਲਿਖ ਰਹੀ, ਜਨਰਲ ਹੀ ਲਿਖ ਰਿਹਾ। ਤੇ ਲੋਕ ਕਹਿ ਰਹੇ ਨੇ ਕਿ ਜਦੋਂ ਦਾ ਕੰਪਨੀ ਦਾ ਨਾਮ ਤਬਦੀਲ ਹੋਇਆ ਉਦੋਂ ਦਾ ਟਾਇਰਾਂ ਦੇ ਮਿਆਰ 'ਚ ਵੀ ਫਰਕ ਆਇਆ? ਨਹੀਂ ਸਰ, ਟਾਇਰਾਂ ਦੇ ਮਿਆਰ 'ਚ ਨਹੀਂ ਫਰਕ ਆਇਆ। ਸਹੀ। ਲੇਕਿਨ ਇਹ ਕਿ ਲੋਕਾਂ ਨੂੰ ਸ਼ੱਕ ਸ਼ਬਾਹ 'ਤੇ ਉਹ ਜਨਰਲ
ਨਹੀਂ ਕਹਿੰਦੇ ਕੋਈ ਕਹਿੰਦੇ ਜਨਰਲ ਨਹੀਂ ਹੈਗਾ ਇਹ ਪਰੇਸ਼ਾਨੀ ਆ ਰਹੀ ਕਸਟਮਰ ਕਹਿੰਦੇ ਜੇ GTR ਲਿਖਿਆ ਹੈ ਗਾਹਕ ਜਿਹੜਾ ਕਨਫਿਊਜ਼ਨ ਹੈ ਜਾ ਜਾਂਦਾ ਕਿ ਇਹਦੇ ਉੱਤੇ ਜਨਰਲ ਲਿਖਿਆ ਹੋਇਆ ਹੈ ਜਦੋਂ ਟਾਇਰ ਜਨਰਲ ਬਣਿਆ ਵਾ ਉਹਦੇ ਵਿੱਚ ਜਨਰਲ ਲਿਖਿਆ ਆ ਰਿਹਾ ਸੀ ਉਹ ਜਦੋਂ GTR ਲਿਖਦਾ ਕਈ ਐਵੇਂ ਬੰਦੇ ਕਹਿੰਦੇ ਨਹੀਂ ਇਹ 2 ਨੰਬਰ ਆ ਇਹ GTR ਲਿਖਿਆ ਵਾ ਲੇਕਿਨ ਹੁੰਦਾ ਹੀ ਸਾਰਾ ਜਨਰਲ ਟਾਇਰ ਆ ਸਹੀ ਹੋ ਗਿਆ ਬਾਕੀ ਜੀ ਆਪਾਂ ਰੂਸੀ ਦੀ ਗੱਲ ਕਰੀਏ ਤੇ ਰੂਸੀ ਦਾ ਕਿਹੜਾ ਕਿਹੜਾ ਟਾਇਰ ਹੈ ਜੀ ਰੂਸੀ ਦਾ ਟਾਇਰ ਇਹਦੇ ਵਿੱਚ ਆਪਣਾ ਸਰਵਿਸ ਟਾਇਰ ਹੈ ਜੀ 15x38 ਸਟਾਰ ਮੈਕਸ ਤੁਰਕੀ ਦਾ ਜੇ ਪੈਂਥਰ ਜੇ ਅਤੇ ਆਪਣਾ ਪੈਟਰਸ ਵਗੈਰਾ ਐਡਵਾਂਸ ਕਾਫੀ ਕੰਪਨੀਆਂ ਸਰ ਉਹਦੇ ਵਿੱਚ ਵੀ ਹੈ ਜੀ ਬੈਲਸ਼ੀਨਾ ਹੁੰਦਾ ਜੀ ਹਾਂਜੀ ਸਹੀ ਹੋ ਗਿਆ ਜੀ ਅਤੇ ਰੂਸੀ ਦਾ ਜਿਹੜਾ ਆਪਣਾ ਸਰਵਿਸ ਦਾ ਟਾਇਰ ਹੈ ਜੀ ਇਹ ਦੇਖੋ ਸਰ 4 ਟਾਇਰ ਸਰਵਿਸ ਹੈ ਨਾ ਗਾਹਕ ਆਇਆ ਸੀ ਉਹਨਾਂ ਨੇ ਆਪਣਾ ਪਸੰਦ ਕੀਤਾ ਸਰਵਿਸ ਟਾਇਰ ਹਾਂਜੀ ਸਹੀ ਹਾਂ ਇਹ ਸਰਵਿਸ ਚੈਂਪੀਅਨ ਹੈ ਹਾਂਜੀ ਇਹ ਸਰਵਿਸ ਚੈਂਪੀਅਨ ਹੈ ਜੀ ਉਹਨਾਂ ਨੇ ਟਾਇਰ ਆ ਕੇ ਪਸੰਦ ਕੀਤੇ ਸਾਰੇ ਇੱਥੇ ਆ ਕੇ ਉਹਨਾਂ ਨੇ ਸਾਰੇ ਟਾਇਰਾਂ ਨੂੰ ਚੈੱਕ ਕੀਤਾ ਲੇਕਿਨ ਉਹਨੂੰ ਸਰਵਿਸ ਜ਼ਿਆਦਾ ਪਸੰਦ ਆ ਕੀਤਾ ਸਰਵਿਸ ਚੈਂਪੀਅਨ ਆ 2 ਸਾਰਾ ਨਾ ਲੈ ਕੇ ਚੱਲੇ ਹੁਣ ਟਾਇਰ ਆਪਣੇ ਹਾਂ ਤੇ ਬਾਕੀ ਜੀ ਆਪਾਂ ਰੂਸੀ ਦੇ ਟਾਇਰਾਂ ਦੀ ਪ੍ਰਾਈਸ ਦੀ ਗੱਲ ਕਰੀਏ ਜੀ ਜੀ ਸਰਵਿਸ ਦਾ ਟਾਇਰ ਜਿਹੜਾ ਨਾ ਉਹਦੀ ਕੀ ਪ੍ਰਾਈਸ ਹੈ ਜੀ ਇਹ ਸਰਵਿਸ ਦਾ ਟਾਇਰ ਸਰ 2 ਆਪਣਾ ਸਰਵਿਸ ਦੇ ਇਹਦੇ ਵਿੱਚ ਡਿਜ਼ਾਈਨ ਹੈ ਜੀ ਇਹਦੇ ਵਿੱਚ ਸਰਵਿਸ HD ਹੈ ਇੱਕ ਹਰਕਲੀਜ਼ ਪਲੱਸ ਆ ਜਿਹੜਾ HD ਵਗੈਰਾ ਉਹ ਤਕਰੀਬਨ 2 10 15 ਤੱਕ ਸੇਲ ਹੋ ਰਿਹਾ ਜੀ ਤੇ ਜਿਹੜਾ ਸਰਵਿਸ ਹਰਕਲੀਜ਼ ਪਲੱਸ ਆ ਉਹ 2 20 25 ਤੱਕ ਸੇਲ ਹੋ ਰਿਹਾ ਜੀ ਔਰ ਬਲਕਿ ਪੂਰੇ ਪਾਕਿਸਤਾਨ ਦੇ ਵਿੱਚ ਨਾ ਜ਼ਿਆਦਾ ਮਕਦਾਰ ਦੇ ਵਿੱਚ ਰੂਸੀ ਟੈਕਟਰ ਸਿੰਧ ਦੇ ਵਿੱਚ ਬਹੁਤ ਹੈ ਜੀ ਉਹ ਤੇ ਸਿੰਧ ਦੇ ਵਿੱਚ ਨਾ ਅੱਗੇ ਬੈਲਸ਼ੀਨਾ ਵਗੈਰਾ ਹੋਰ ਟਾਇਰ ਸੇਲ ਹੁੰਦੇ ਸੀ ਜਦੋਂ ਦਾ ਸਰਵਿਸ ਆਇਆ ਵਾ ਉਹ ਉਸ ਜ਼ਿਆਦਾ ਸਰਵਿਸ ਸੇਲ ਹੋ ਰਿਹਾ ਵਾ ਹਾਂ ਬਾਕੀ ਵੀ ਟਾਇਰ ਵਿਕ ਰਹੇ ਆ ਉਹ ਵੀ ਸੇਲ ਹੁੰਦੇ ਆ ਹਰ ਕੰਪਨੀ ਸੇਲ ਹੁੰਦੀ ਆ ਲੇਕਿਨ ਜ਼ਿਆਦਾ ਆਪਣਾ ਗ੍ਰਿਪ ਦੀ ਵਜ੍ਹਾ ਦੇ ਨਾਲ ਗੁੱਡੀ ਦਾ ਲੱਗ ਦੀ ਵਜ੍ਹਾ ਨਾਲ ਪਲਾਈ ਦੀ ਵਜ੍ਹਾ ਨਾਲ ਇਹ ਜ਼ਿਆਦਾ ਸੇਲ ਹੋ ਰਿਹਾ ਹਾਂਜੀ ਇਹ ਸਾਰੇ ਰੂਸੀ ਰਿਮ ਹੁੰਦੇ 385 ਟੈਕਟਰ ਨੂੰ ਫਿੱਟ ਹੁੰਦੇ ਜੀ ਅੱਛਾ ਬਰੀਕ ਟਾਇਰ ਆਪਣਾ ਆਲੂ ਦੀ ਬਿਜਾਈ ਪਟਾਈ ਵਾਸਤੇ ਮਕਈ ਵਾਸਤੇ ਨਰਮੇ ਵਾਸਤੇ ਕਮਾਦ ਵਾਸਤੇ ਇਹ ਬਰੀਕ ਰਿਮ ਟਾਇਰ ਸਾਰੇ ਇਹ ਖੇਲਾਂ ਕੱਢਣ ਵਾਸਤੇ ਹੁੰਦੇ ਜੀ ਔਰ ਇਹਦੇ ਨਾਲ ਸਾਡਾ ਡੀਜ਼ਲ ਦਾ ਖਰਚਾ ਕੰਮ ਜੇ ਇੰਜਨ ਤੇ ਲੋਡ ਘੱਟ ਪੈਂਦਾ ਜੇ ਤੇ ਇਹ ਟਰੈਕਟਰ ਦਾ ਜ਼ੋਰ ਕੰਮ ਲੱਗਦਾ ਜੀ ਇਹਨਾਂ ਹਾਂਜੀ ਤੇ ਇਹਨਾਂ ਰਿਮਾਂ ਦੇ ਉੱਤੇ ਫਿਰ ਟਾਇਰ ਕਿਹੜੇ ਚੜਦੇ ਇਹਨਾਂ ਰਿਮਾਂ ਦੇ ਟਾਇਰ ਸਰ ਪਤਲੇ ਬਰੀਕ ਟਾਇਰ ਚੜਦੇ ਇਹਦੇ ਵਿੱਚ 15x38 ਸਾਈਜ਼ ਵੀ ਹੁੰਦਾ 13x38 ਵੀ ਹੁੰਦਾ 2 ਸਾਈਜ਼ ਨਾਲ ਚੜਦੇ ਜੀ ਸਹੀ ਹਾਂ ਅਗਰ ਸਰ ਕਿਸੇ ਨੇ ਮੁਸਤਕਲ ਚਲਾਉਣਾ ਹੋਵੇ ਤਾਂ ਫਿਰ 15x38 ਟਾਇਰ ਪੈਂਦਾ ਜੀ 12 ਮਹੀਨੇ ਮੋਟੇ ਟਾਇਰ ਰਿਮ ਲਾ ਕੇ ਅਗਰ ਕਿਸੇ ਨੇ ਮਿਸਾਲ ਦੇ ਤੌਰ ਤੇ ਕੋਈ 2-4 ਮਹੀਨੇ ਵਾਸਤੇ ਆਪਣਾ ਇਸਤੇਮਾਲ ਕਰਕੇ ਲਾਉਣੇ ਫਿਰ 13x38 ਪੈਂਦਾ ਜੀ ਸਹੀ ਹਾਂ ਇਹ ਜੀ ਕਿਹੜੀ ਕੰਪਨੀ ਦਾ ਇਹ ਹੈ ਤੁਰਕੀ ਦਾ ਸਟਾਰ ਮੈਕਸ ਸਰ ਸਟਾਰ ਮੈਕਸ ਹਾਂਜੀ ਤੁਰਕੀ ਹਾਂ ਇਹ ਸਰਵਿਸ ਹੈ ਜੀ ਸਰ 15x38 ਸਹੀ ਆਪਣਾ ਹਰਕੁਲਿਸ HD ਖੇਲ ਵਗੈਰਾ ਧੱਕਦਾ ਨੀ ਹੈ ਇਹ ਬੜਾ ਅੱਛੇ ਰਿਜ਼ਲਟ ਹੈ ਸਰ ਔਰ ਪਾਸ ਹੈਗਾ ਜੀ 2 ਸਾਡੇ ਨਵਾਂ ਟਰੈਕਟਰ ਲੈਂਦੇ ਜੇ ਤਕਰੀਬਨ ਪੰਜਾਬ ਚ ਜਿਹੜਾ ਆਲੂ ਦੀ ਬਿਜਾਈ ਹੁੰਦੀ ਹੈ ਉਹ ਸਾਨੂੰ ਨਵੇਂ ਰਿਮ ਟਾਇਰ ਉਤਾਰ ਕੇ ਇਹ ਸਰ 15x38 ਪਾ ਲੈਂਦੇ ਜੀ ਹਾਂਜੀ ਤੇ ਬਾਕੀ ਇਹ ਰੂਸੀ ਨੂੰ ਵੀ ਇਹੀ ਟਾਇਰ ਲੱਗਦਾ ਹਾਂਜੀ ਰੂਸੀ ਨੂੰ ਵੀ ਇਹੀ ਪੈਂਦਾ ਰੂਸੀ ਵਾਲੇ ਵੀ ਸਾਡੇ ਕੋਲ ਇਹੀ ਲੈਂਦੇ ਜਾਏਗਾ ਜ਼ਿਆਦਾ ਰੂਸੀ ਟਰੈਕਟਰ ਜਿਹੜਾ ਆ ਰਿਹਾ ਨਾ ਨਵਾਂ ਬਿਲਾਰਸ ਉਹਨੂੰ ਵੀ 15x38 ਇਹ ਟਾਇਰ ਜ਼ਿਆਦਾ ਇਸਤੇਮਾਲ ਹੋ ਰਿਹਾ ਜੀ ਸਹੀ ਹੋ ਗਿਆ ਜੀ ਬਾਕੀ ਜੀ ਆਪਣੇ ਕੋਲ ਰਿਮ ਕਿਹੜੇ ਕਿਹੜੇ ਟਾਇਰ ਰਿਮ ਸਾਰਾ ਪਏ ਆਪਣੇ ਕੋਲ ਰੂਸੀ ਦੇ 15x38 ਇਹ 385 ਵਾਸਤੇ ਇਹ ਸਰ ਪਿਆ 13x38 ਸਹੀ ਇਹ 85 ਵਾਸਤੇ 13x38 ਟਾਇਰ ਰਿਮ ਫਿੱਟ ਹੁੰਦਾ ਜੀ ਸਹੀ ਬਾਕੀ ਸਾਡੇ ਕੋਲ 385 ਦੇ ਮੋਟੇ ਰਿਮ ਤੇ ਬਾਕੀ ਹਾਰਵੈਸਟਰ ਰਿਮ ਹਰ ਚੀਜ਼ ਮਿਲ ਜਾਂਦੀ ਸਰ ਸਹੀ ਹੋ ਗਿਆ ਹਾਂਜੀ ਅੱਛਾ ਖਾਲਸ ਸਾਹਿਬ ਆਪਾਂ ਟਰਾਲੇ ਦੇ ਟਾਇਰਾਂ ਦੀ ਪਹਿਲਾਂ ਗੱਲਬਾਤ ਮਿਸ ਕਰ ਗਏ ਤੇ ਉਹ ਦੱਸਦੇ ਹੋ ਕਿ ਆਪਣੇ ਕੋਲ ਟਰਾਲੇ ਦੇ ਟਾਇਰ ਵੀ ਮਿਲ ਜਾਂਦੇ ਹਾਂਜੀ ਸਰ ਟਰਾਲੇ ਟਾਇਰ ਆਪਣੇ ਕੋਲ ਮਿਲ ਜਾਂਦੇ ਜੀ ਟਰਾਲੇ ਟਾਇਰ ਜਿਹੜੇ ਸਰ ਹੈਗੇ ਜੀ ਉਹਦੇ ਵਿੱਚ ਪਾਕਿਸਤਾਨ ਦੇ ਵਿੱਚ ਹਲੇ ਤੱਕ ਕੋਈ ਬ੍ਰਾਂਡ ਅੱਛਾ ਨਹੀਂ ਬਣਿਆ ਸਹੀ ਉਹ ਪੈਂਥਰ ਆਇਆ ਵਾ ਲੇਕਿਨ ਉਹ ਇੰਨਾ ਵਜ਼ਨ 'ਚ ਬਰਦਾਸ਼ਤ ਨਹੀਂ ਕਰਦਾ ਸਹੀ ਲੋਕ ਜ਼ਿਆਦਾ ਪਸੰਦ ਕਰਦੇ ਆ ਇੰਪੋਰਟ ਦੇ ਟਾਇਰ ਨੂੰ
ਉਹਦੇ ਵਿੱਚ ਇੰਡੀਆ ਕੁਛ ਆ ਰਿਹਾ ਵਾ, ਪਾਕਿਸਤਾਨ ਚ ਕੁਛ ਚਾਈਨਾ ਆ ਰਿਹਾ ਵਾ, ਇਹ ਟਾਇਰ ਚੱਲਦੇ ਪਏ ਜੇ ਤੇ ਉਹਨਾਂ ਦੀ ਕੁਆਲਿਟੀ ਬਿਹਤਰ ਆ ਤੇ ਹਾਲੇ ਤੱਕ ਲੋਕਲ ਟਾਇਰ ਕੋਈ ਏਡਾ ਕਾਮਯਾਬ ਨਹੀਂ ਹੈ ਜਿਹੜਾ ਕੋਈ ਵਜ਼ਨ ਦੇ ਲਿਹਾਜ਼ ਨਾਲ ਕੋਈ ਅੱਛਾ ਰਿਸਪੌਂਸ ਮਿਲਿਆ, ਉਹ ਨਹੀਂ ਆਇਆ। ਹਾਂਜੀ, ਉਮੀਦ ਆ ਕਿ ਇਨਸ਼ਾਅੱਲਾ ਇੱਕ ਦੋ ਕੰਪਨੀਆਂ ਨਾ, ਵੈਸੇ ਜਨਰਲ ਦਾ ਵੀ ਟਾਇਰ ਆਇਆ ਵਾ ਲੇਕਿਨ ਉਹ ਲੋਡ ਇਹਨਾਂ ਨੇ ਚੁੱਕਦਾ, ਸੁਣਿਆ ਮੈਂ ਕਿ ਸ਼ਾਇਦ ਸਰਵਿਸ ਵਾਲਾ ਵੀ ਸ਼ਾਇਦ ਬਣਾ ਰਹੇ ਆ, ਇਨਸ਼ਾਅੱਲਾ ਬਣਾਉਣਗੇ ਤੇ ਉਹ ਜੋ ਟਰੈਕਟਰ ਦਾ ਉਹਨਾਂ ਦਾ ਕਾਮਯਾਬ ਹੋਇਆ ਐਗਰੀ ਦੇ ਵਿੱਚ ਤੇ ਉਹ ਇਨਸ਼ਾਅੱਲਾ ਟਰਾਲੇ ਦਾ ਵੀ ਕਾਮਯਾਬ ਹੋਏਗਾ। ਬਾਕੀ ਉਹਨਾਂ ਦੇ 7-50-16 ਆ ਗਏ, ਮਜ਼ਦੇ ਟਾਇਰ ਵੀ ਆ ਗਏ ਜੇ, ਤੇ ਆਪਣਾ ਦੂਸਰਾ 6-50-14 ਦੇ ਟਾਇਰ ਵੀ ਆ ਗਏ ਜੀ ਉਹਨਾਂ ਦੇ ਲੇਜ਼ਰ ਵਾਸਤੇ, ਔਰ ਆਪਣਾ ਸ਼ਹਿਦ ਔਰ ਡਾਲੇ ਵਾਸਤੇ ਉਹ ਵੀ ਟਾਇਰ ਆ ਗਏ ਉਹਨਾਂ ਦੇ, ਚਾਪਰ ਵਾਸਤੇ ਵੀ ਆ ਗਏ ਜੇ। ਬਾਕੀ ਹੈ ਤਾਂ ਜਨਰਲ ਦੇ ਵੀ ਟਾਇਰ ਹੈਗੇ ਆ ਸਾਡੇ ਕੋਲ, ਪੈਂਥਰ ਦੇ ਵੀ ਹੈਗੇ ਆ, ਸਾਰੇ ਸਾਡੇ ਕੁਆਲਿਟੀਆਂ ਟਾਇਰ ਹੈ ਵਾ, ਲੇਕਿਨ ਕਸਟਮਰ ਜਦੋਂ ਚੀਜ਼ ਚਲਾਉਂਦਾ ਵਾ ਉਹਨੂੰ ਰਿਜ਼ਲਟ ਮਿਲਦਾ ਫਿਰ ਉਹਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਜੀ। ਬਾਕੀ ਖਾਲਸ ਸਾਹਿਬ ਇਹਨਾਂ ਦੀ ਸਰਵਿਸ ਵਾਲਿਆਂ ਦੀ ਫੈਕਟਰੀ ਕਿੱਥੇ ਪਾਕਿਸਤਾਨ ਵਿੱਚ? ਸਰਵਿਸ ਵਾਲੇ ਫੈਕਟਰੀ ਗੁਜਰਾਤ ਜੀ, ਜ਼ਿਲ੍ਹਾ ਗੁਜਰਾਤ ਦੇ ਵਿੱਚ। ਸਹੀ ਜੀ, ਤੇ ਕਦੀ ਗਏ ਹੋ ਤੁਸੀਂ ਉੱਥੇ? ਜੀ ਸਰ ਗਏ, ਹਾਂਜੀ ਹਾਂਜੀ, ਇੱਕ ਦੋ ਤਾਂ ਵਾਰੀ ਵਿਜ਼ਿਟ ਕੀਤਾ ਵਾ, ਇਨਸ਼ਾਅੱਲਾ ਸਾਰੀ ਵੇਖੀ ਆ, ਬੜਾ ਉਹਨਾਂ ਦਾ ਉੱਥੇ ਸਿਸਟਮ ਬੜਾ ਪਸੰਦ ਆਇਆ ਸਾਨੂੰ। ਸਹੀ, ਹਾਂ ਉਹਨਾਂ ਦਾ ਬਣਦੇ ਹੀ ਵੇਖੇ? ਹਾਂਜੀ, ਟਾਇਰ ਬਣਦੇ ਵੇਖੇ ਸਰ, ਔਰ ਆਪਣਾ ਇਹਨਾਂ ਦੇ ਜਿੱਥੇ ਉਹ ਲੈਬਾਰਟਰੀ ਹੈ ਰਬੜ ਮਿਕਸਿੰਗ ਹੁੰਦੀ ਆ ਉਹ ਵੀ ਅਸੀਂ ਵੇਖੀ ਹੈ, ਉਹ ਪਾਕਿਸਤਾਨ ਦੀ ਸਭ ਤੋਂ ਵੱਡੀ ਉਹ ਲੈਬਾਰਟਰੀ ਹੈ ਜਿਹਦੇ ਰਬੜ ਮਿਕਸਿੰਗ ਕਰਦੇ ਆ। ਸਹੀ, ਹਾਂ, ਕਿਉਂਕਿ ਉਹਨਾਂ ਦੇ ਵਿੱਚ ਉੱਥੇ ਰਿਜ਼ਲਟ ਨਿਕਲਦਾ ਜੋ ਟਾਇਰ ਦੀ ਕੁਆਲਿਟੀ, ਟਾਇਰ ਤਿੜਕ ਨਹੀਂ ਮਾਰਦਾ, ਜ਼ਾਰੀ ਗੱਲ ਰਬੜ ਦੀ ਮਿਕਸਿੰਗ ਅੱਛੀ ਹੋਈ ਆ, ਤੇ ਉਹ ਇਨਸ਼ਾਅੱਲਾ ਪੂਰਾ ਵਿਜ਼ਿਟ ਕੀਤਾ, ਬੜਾ ਅੱਛਾ ਪਸੰਦ ਆਇਆ ਸਾਨੂੰ ਟਾਇਰ ਬੰਦਾ ਵੇਖਿਆ। ਬਾਕੀ ਸਰਵਿਸ ਵਾਲੇ ਜੀ ਇਹ ਵੀ ਕਲੇਮ ਕਰਦੇ ਨੇ ਕਿ ਸਾਡੇ ਕੋਲ ਪਾਕਿਸਤਾਨ ਦੀ ਲੇਟੈਸਟ ਤਰੀਨ ਜਿਹੜੀ ਨਾ ਉਹ ਟਾਇਰਾਂ ਨੂੰ ਟੈਸਟ ਕਰਨ ਦੀ ਲੈਬਾਰਟਰੀ ਵੀ। ਹਾਂਜੀ ਬਿਲਕੁਲ ਸਰ, ਉਹ ਵੀ ਹੈ ਜੀ, ਇਹਨਾਂ ਕੋਲ ਟੈਸਟ ਕਰਨ ਦੀ ਸਭ ਤੋਂ ਲੇਟੈਸਟ ਹੈ ਵਾ, ਉਹ ਉਸੇ ਟਾਈਮ ਦੱਸ ਦਿੰਦੇ ਆ ਆਲਾ ਉਹਨਾਂ ਕੋਲ ਹੈਗਾ ਜੀ ਵੀ ਇਹਦੇ ਵਿੱਚ ਕਿੰਨੀ ਇਹਦੇ ਵਿੱਚ ਕਿੰਨੇ ਫੀਸਦ ਰਬੜ ਹੈ ਵਾ, ਕਿੰਨੇ ਫੀਸਦ ਇਹਨਾਂ ਦੇ ਵਿੱਚ ਕਾਰਬਨ ਹੈਗਾ ਵਾ, ਕਿੰਨੇ ਵਿੱਚ ਜੋ ਪੈਂਦਾ ਹਰ ਚੀਜ਼ ਉਸੇ ਟਾਈਮ ਦੱਸ ਦਿੰਦੇ ਜੀ। ਸਹੀ, ਚਲੋ ਠੀਕ ਹੋ ਗਿਆ ਜੀ, ਸਾਡੇ ਵੀ ਕੋਸ਼ਿਸ਼ ਹੈ। ਹਾਂ, ਬਾਕੀ ਤੁਸੀਂ ਵਿਜ਼ਿਟ ਕਰੋ ਇਨਸ਼ਾਅੱਲਾ, ਤੁਸੀਂ ਆ ਵੇਖੋਗੇ, ਵਿਜ਼ਿਟ ਕਰਾਂਗੇ। ਹਾਂਜੀ, ਤੇ ਬਾਕੀ ਦੋਸਤਾਂ ਨੂੰ ਦਿਖਾਵਾਂਗੇ ਜੀ ਟਾਇਰ ਉੱਥੇ ਕਿਸ ਤਰ੍ਹਾਂ ਬਣਦਾ। ਹਾਂਜੀ ਬਿਲਕੁਲ ਜੀ, ਤੇ ਹਾਂ ਬਾਕੀ ਜੀ ਖਾਲਸਾ ਸਾਹਿਬ ਬਹੁਤ ਸ਼ੁਕਰੀਆ ਜੀ। ਬਾਕੀ ਇਨਸ਼ਾਅੱਲਾ ਜੀ ਸਾਨੂੰ 20-25 ਸਾਲ ਹੋ ਗਏ ਕੰਮ ਕਰਦੇ ਨੂੰ, ਅਸੀਂ ਬੜੇ ਬੜੇ ਟਾਇਰ ਵੇਚੇ ਜੀ, ਅਸੀਂ ਪਹਿਲੇ ਇੰਪੋਰਟ ਸੀ ਪਾਕਿਸਤਾਨੀ, ਇਹ ਲੋਕਲ ਟਾਇਰ ਨਹੀਂ ਹੁੰਦਾ ਸੀ। ਸਹੀ, ਤੇ ਜਦੋਂ ਦਾ ਪਾਕਿਸਤਾਨੀ ਬ੍ਰਾਂਡ ਦੇ ਵਿੱਚ ਪੈਂਥਰ ਸਰਵਿਸ ਆਪਣਾ ਜਨਰਲ ਟਾਇਰ ਆਏ ਜੇ, ਉਹਦੇ ਵਿੱਚ ਸਭ ਤੋਂ ਅੱਛੀ ਕੁਆਲਿਟੀ ਦੇ ਲਿਹਾਜ਼ ਨਾਲ ਨਾ ਇਸ ਟਾਈਮ ਸਰਵਿਸ ਆ ਰਿਹਾ ਜੇ, ਤੇ ਇਹ ਕਸਟਮਰ ਵੀ ਆਪ ਡਿਮਾਂਡ ਉਹਦੇ ਕਰਦਾ ਨਾ ਜੇ ਚੀਜ਼ ਦੀ ਕੁਆਲਿਟੀ ਅੱਛੀ ਨਿਕਲੇ ਸਰ। ਸਹੀ, ਹਾਂ, ਅਸੀਂ ਤਕਰੀਬਨ ਪਹਿਲੇ ਪੈਂਥਰ ਵੀ ਉਦੋਂ ਸਰਵਿਸ ਟਾਇਰ ਨਹੀਂ ਹੈਗੇ, ਪੈਂਥਰ ਵੇਚਦੇ ਸੀ ਉਹਨਾਂ ਦੇ ਪਹਿਲੇ ਕਾਫੀ ਕਲੇਮ ਆਏ ਸੀ। ਸਹੀ, ਠੀਕ ਆ, ਫਿਰ ਜਨਰਲ ਦੇ ਵੀ ਆਉਂਦੇ ਸੀ, ਲੇਕਿਨ ਇਹ ਸਰਵਿਸ ਨੇ ਜੋ ਟਾਇਰ ਜਿਹਦੇ ਤੋਂ ਬਣਾਇਆ ਨਾ ਐਗਰੀ ਟਾਇਰ ਬਣਾਇਆ ਜੀ, ਇਹਦੇ ਵਿੱਚ ਅਸੀਂ ਇਹਦੇ ਵਿੱਚ ਕੋਈ ਕਲੇਮ ਖਾਸ ਨਹੀਂ ਵੇਖਿਆ, 19 ਵੀ ਵੇਖਿਆ ਜੇ, ਲਿਹਾਜ਼ਾ ਇਹਦੇ ਵਿੱਚ ਬਹੁਤ ਰੇਸ਼ੋ ਘੱਟ ਹੈ ਦੀ ਕਲੇਮ ਦੀ ਸਰ। ਸਹੀ, ਆ ਜਾਵੇ ਤੇ ਸਾਡੇ ਤਾਂ ਕਲੇਮ ਆ ਜਾਵੇ, ਕੰਪਨੀ ਫੌਰੀ ਤੌਰ ਤੇ ਆਪਣਾ ਨੁਮਾਇੰਦਾ ਭੇਜਦੀ ਆ, ਉਹ ਬਕਾਇਦਾ ਉਸੇ ਟਾਈਮ ਕਲੇਮ ਕਰਦਾ ਵਾ, ਟਾਇਰ ਕਲੇਮ ਕਰਕੇ ਦਿੱਤਾ ਜਾਂਦਾ ਸਰ। ਸਹੀ, ਗਰੰਟੀ ਸਾਡੇ ਦੀ 5 ਸਾਲ ਦੀ ਹੈ, ਕੰਪਨੀ ਦੇ ਗਰੰਟੀ ਕਾਰਡ ਆ, 5 ਸਾਲ ਦੀ ਗਰੰਟੀ ਕਾਰਡ ਹੁੰਦੀ ਹੈ, ਬੋਲਣ ਦੀ ਤੇ ਕਰੈਕ ਹੁੰਦੀ ਕੰਪਨੀ ਦੀ ਗਰੰਟੀ। ਚਲੋ ਠੀਕ ਹੋ ਗਿਆ ਜੀ, ਜੀ ਕਾਲੇ ਸਾਹਿਬ ਬਹੁਤ ਸ਼ੁਕਰੀਆ ਜੀ, ਤੇ ਬਾਕੀ ਦੋਸਤੋ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਮਿਹਰਬਾਨੀ ਹੋਵੇਗੀ।